ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਸ ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ ਜੀ ਹਾਂ ਐਸਜੀਪੀਸੀ ਦੇ 44ਵੇਂ ਪ੍ਰਧਾਨ ਬਣ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਰੂਪ ਦੇ ਵਿੱਚ 44ਵਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਅੱਜ ਮਿਲਿਆ ਤਾਮੀ ਨੂੰ ਅੱਜ ਹੋਈ VOTING ਦੇ ਵਿੱਚ ਕੁੱਲ 122 ਵੋਟਾਂ ਪਈਆਂ ਨੇ ਜਦਕਿ ਜਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਸਨ ਵਿਰੋਧੀ ਧਿਰ ਦੇ ਮਿੱਠੂ ਸਿੰਘ ਉਨ੍ਹਾਂ ਨੂੰ ਮਹਿਜ਼ 19 ਵੋਟਾਂ ਪਈਆਂ ਨੇ ਜਦਕਿ ਇੱਕ ਵੋਟ ਰੱਦ ਵੀ ਹੋਈ ਹੈ ਇਸ ਤੋਂ ਇਲਾਵਾ ਰਗੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਬਣ ਗਏ ਨੇ ਪ੍ਰਿੰਸੀਪਲ सुरेंद्र ਸਿੰਘ ਜੂਨੀਅਰ ਮੀਤ ਪ੍ਰਧਾਨ ਬਣੇ ਨੇ ਅਤੇ ਕਰਨੈਲ ਸਿੰਘ ਪੰਜੋਲੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਨੇ ਐਸਜੀਪੀਸੀ ਨਵੀਂ ਕਾਰਜਕਾਰਨੀ ਦੀ ਗੱਲ ਕਰੀਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ 44ਵੇਂ ਪ੍ਰਧਾਨ ਬਣੇ ਨੇ ਰਗੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਬਣੇ ਨੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਬਣੇ ਨੇ ਅਤੇ ਕਰਨੈਲ ਸਿੰਘ ਪੰਜੋਲੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਨੇ ਇਸ ਤੋਂ ਇਲਾਵਾ ਅੰਤਰਿੰਗ ਕਮੇਟੀ ਦੀ ਜੇ ਗੱਲ ਕਰੀਏ ਤਾਂ ਐਸਜੀਪੀਸੀ ਦੀ ਕਾਰਜਕਾਰਨੀ ਦੇ ਵਿੱਚ ਤਾਂ ਅੰਤਰੀ ਕਮੇਟੀ ਮੈਂਬਰਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸੁਰਜੀਤ ਸਿੰਘ ਗੜੀ ਬਲਵਿੰਦਰ ਸਿੰਘ ਵੇਈ ਪੂਈ ਹਰਜਾਪ ਸਿੰਘ ਇਸ ਤੋਂ ਇਲਾਵਾ ਅਮਰਜੀਤ ਸਿੰਘ ਬੰਡਾਲਾ ਜੋਤ ਸਿੰਘ ਸਮਰਾ ਮਨਜੀਤ ਸਿੰਘ ਕੰਗ ਇਹਨਾਂ ਨੂੰ ਅੰਤਰੀ ਕਮੇਟੀ ਸ਼ਾਮਲ ਕੀਤਾ ਗਿਆ ਸਰਵਨ ਸਿੰਘ ਕੁਲਾਰ ਜਨਰਲ ਸਿੰਘ ਡੋਗਰਾ ਵਾਲਾ ਗੁਰਿੰਦਰਪਾਲ ਸਿੰਘ ਭਾਟੀਆ ਗੁਰਪ੍ਰੀਤ ਕੌਰ ਰੂਹੀ ਬਾਬਾ ਗੁਰਪ੍ਰੀਤ ਸਿੰਘ ਇਹ ਸਾਰੇ ਜਿਹੜੇ ਨੇ ਅੰਤਰੀਂ ਕਮੇਟੀ ਦੇ ਮੈਂਬਰ ਬਣੇ ਨੇ ਵਿਰੋਧੀ ਧਿਰ ਦਾ ਵੀ ਇੱਕ ਮੈਂਬਰ ਜਿਹੜਾ ਹੈ ਅੰਤਰੀਂ ਕਮੇਟੀ ਦੇ ਵਿੱਚ ਉਹ ਸ਼ਾਮਲ ਕੀਤਾ ਗਿਆ। ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵਿਜੁੱਧ ਨੇ ਧਾਮੀ ਸਾਹਿਬ ਸਭ ਤੋਂ ਪਹਿਲਾਂ ਆਪਣੀ ਚੋਣ ਬਾਰੇ ਕੀ ਕਹੋਗੇ? ਮੈਂ ਜਿੱਥੇ ਸਮੁੱਚੇ ਤੌਰ ਦੇ ਉੱਤੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਮੈਨੂੰ ਬਖਸ਼ਿਸ਼ ਕੀਤੀ ਆ ਮੈਂ ਗੁਰੂ ਚਰਨਾਂ ਚ ਅਰਦਾਸ ਕਰਦਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਿਓ ਇਹ ਜਿਹੜੀ ਡਿਊਟੀ ਆ ਇਹ ਜਿਹੜੀ ਸੇਵਾ ਤੁਸੀਂ ਬਖਸ਼ਿਸ਼ ਕੀਤੀ ਆ ਇਹ ਸੱਚੀ ਤੇ ਸੁੱਚੀ ਗੁਰਮਤਿਆਂ ਲੀਹਾਂ ਅਨੁਕੂਲ ਜਿਹੜੀ ਆ ਇਹ ਸਤਿਗੁਰਜੀ ਨਿਵਾ ਲੈਣ ਮੈਂ ਚਾਹਉਂ ਕਿ 100 ਸਾਲ ਸਥਾਪਨਾ ਦਿਵਸ ਅਸੀਂ ਹੁਣੇ ਮਨਾ ਕੇ ਹਟਿਆ 100 ਸਾਲ ਪਹਿਲਾਂ ਜੋ ਆਕਸੀਜਨ ਨਾ 100 ਸਾਲਾਂ ਦੇ ਵਿੱਚ ਅਕੀ ਪਹਿਲਾ ਵਾਲਾ ਆਸਰ ਸੁਖ ਰਿਹਾ ਦੇਖੋ ਸਮੇਂ-ਸਮੇਂ ਅਨਸਾਰ ਹਰ ਇੱਕ ਚੀਜ਼ ਦਾ ਪ੍ਰਭਾਵ ਜਿਹੜਾ ਆ ਉਹ ਘਟਦਾ ਵੱਧਦਾ ਆ ਪਹਿਲਾ ਜਿਹੜਾ ਸਮਾ ਸੀਗਾ ਪਹਿਲਾਂ ਵੀ ਜਥੇਦਾਰਾਂ ਨੇ ਆਪਣੇ ਸਰੀਰਾਂ ਦੀਆਂ ਹੋਤੀਆਂ ਦੇ ਕੇ ਸ਼੍ਰੋਮਣੀ ਕਮੇਟੀ ਕਾਇਮ ਕੀਤੀ ਸੀ ਤੇ 100 ਸਾਲ ਦਾ ਇੱਕ ਸਨਹਿਰੀ ਇਤਿਹਾਸ ਆ ਇਸ ਇਤਿਹਾਸ ਦੇ ਵਿੱਚ 100 ਸਾਲ ਦੇ ਵਿੱਚ ਕੇਵਲ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਨਹੀਂ ਹਮੇਸ਼ਾ ਹੀ ਇਹ ਇਲੈਕਸ਼ਨਾਂ ਜਿੱਤੀਆਂ ਸੋ ਇਹ ਵੀ ਇੱਕ ਅਨਿਖੜਮਾ ਜਿਹੜਾ ਆਂਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਸੋ 100 ਸਾਲ ਦੇ ਵਿੱਚ ਬੜੀਆਂ-ਬੜੀਆਂ ਪ੍ਰਾਪਤੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਨ ਪ੍ਰਬੰਧਕ ਕਮੇਟੀ ਨੇ ਕੀਤੀਆਂ ਜਿਨ੍ਹਾਂ ਦੇ ਵਿੱਚ ਯੂਨੀਵਰਸਟੀਆਂ ਬਾਲਟ ਪੱਧਰ ਦੀਆਂ ਜਿਨ੍ਹਾਂ ਦੇ ਵਿੱਚ ਮੈਡੀਕਲ ਕਾਲਜ ਔਰ ਜਿਨ੍ਹਾਂ ਦੇ ਵਿੱਚ ਅਨੇਕਾਂ ਡਿਗਰੀ ਕਾਲਜ ਜਿਨ੍ਹਾਂ ਦੇ ਵਿੱਚ ਅਨੇਕਾਂ ਇੰਜੀਨੀਅਰਿੰਗ ਕਾਲਜ ਤੇ ਅਨੇਕਾਂ ਸਕੂਲ ਜਿਹੜੇ ਆ ਇਹ ਸ਼੍ਰੋਮਣੀ ਕਮੇਟੀ ਦੀ ਵੱਡੀ ਉਪਲਬਧੀ ਆ ਅਕਸਰ ਇਹ ਇਲਜ਼ਾਮ ਲੱਗਦਾ ਕਿ ਸ਼ਰੋਣੀ ਕਮੇਟੀ ਤੇ ਸਿਆਸਤ ਪਾਰੀ ਰਹਿੰਦੀ ਹੈ ਕਿ ਇਸ ਧਾਰਨਾ ਨੂੰ ਖਤਮ ਕਰਨ ਲਈ ਕੋਈ ਖਾਸ ਯਤਨ ਕਰੂੰਗੀ ਦੇਖੋ ਇਹ ਬੜੀ ਗੱਲ ਤੇ ਗੱਲ ਸਾਡੇ ਪਰੰਪਰਾ ਚੱਲ ਪਈ ਆ ਕਿਉਂਕਿ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਖੜੇ ਕਰਦੀ ਆ ਤੇ ਉਹ ਉਮੀਦਵਾਰ ਪਾਰਟੀ ਦੇ ਨਿਸ਼ਾਨ ਤੇ ਜਿੱਤਦੇ ਆ ਤੇ ਨਿਸ਼ਾਨ ਦੇ ਜਿੱਤਣ ਤੋਂ ਬਾਅਦ ਹਰ ਸਾਲ ਜਦੋਂ ਚੋਣ ਹੁੰਦੀ ਆ ਉਥੇ ਪ੍ਰਧਾਨ ਸਾਹਿਬ ਨੂੰ ਆਪਾਂ ਅਧਿਕਾਰ ਦਿੰਨੇ ਆ ਉਹ ਪ੍ਰਧਾਨ ਸਾਹਿਬ ਫਿਰ ਮੈਂਬਰਾਂ ਨੂੰ ਸੁਣ ਕੇ ਉਹਨਾਂ ਦੇ ਵਿੱਚੋਂ ਫਿਰ ਮੌਦੇਦਾਰ ਤੇ ਉਹਨਾਂ ਦੇ ਵਿੱਚੋਂ ਐਗਜ਼ੈਕਟਿਵ ਚੁਣਦੇ ਆ ਸੋ ਕੋਈ ਸਿਆਸਤ ਭਾਰੂ ਨਹੀਂ ਡੈਮੋਕ੍ਰੇਸੀ ਦੇ ਮੁਤਾਬਕ ਹੀ ਜਿਹੜੀ ਆ ਇਹ ਚੋਣ ਕੀਤੀ ਜਾਂਦੀ ਆ ਬਾਕੀ ਪ੍ਰਚਾਰ ਜ਼ਰੂਰ ਹੀ ਕਰ ਦਿੰਦੇ ਆ ਪਰ ਐਵੇਂ ਦੀ ਕੋਈ ਗੱਲ ਨਹੀਂ ਕਿ ਆ ਮੈਂ ਹੁਣ ਤੁਹਾਡੇ ਸਾਹਮਣੇ ਖੜਾ ਹਾਊਸ ਨੇ ਚੁਣ ਕੇ ਭੇਜਿਆ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਆ ਸੋ ਐਵੇਂ ਹੀ ਇਹ ਸਾਰਾ ਪ੍ਰੋਸੈਸ ਜਿਹੜਾ ਆ ਪਹਿਲਾਂ ਚੱਲਦਾ ਆ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਕੁਝ ਖਾਸ ਯੋਜਨਾ ਲੇਖੋ ਦੇਖੋ ਕਿਉਂਕਿ ਕੰਮੇ ਹੀ ਸਾਰਾ ਧਰਮ ਪ੍ਰਚਾਰ ਦਾ ਆ ਸਾਡੇ ਕੋਲ ਐਜੂਕੇਸ਼ਨ ਦੇ ਆਧਾਰੇ ਬਹੁਤ ਆ ਸਾਡੇ ਕੋਲ ਹੋਰ ਸਾਰੇ ਕਾਰਜ ਬਹੁਤ ਆ ਪਰ ਹੁਣ ਜਿਹੜਾ ਮੁੰਡਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਉਹ ਸਾਰਾ ਕਾਰਜ ਧਰਮ ਦਾ ਹੀ ਆ ਤੇ ਧਰਮ ਦੇ ਖੇਤਰ ਚ ਜਿਹੜੀਆਂ ਪਹਿਲੀਆਂ ਪ੍ਰਧਾਨਾਂ ਨੇ ਵੀ ਲੀਆਂ ਚਲਾਈਆਂ ਉਹ ਲੀਆਂ ਨੂੰ ਹੋਰ ਗਾਂਹ ਆ ਜਾਗਰ ਕਰਾਂਗੇ ਸੰਗਤਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਸ਼੍ਰੋਮਣੀ ਕਮੇਟੀ ਆਪਣੀ ਮੁੱਖ ਸੇਵਾ ਜੋ ਹੈ ਧਰਮ ਪ੍ਰਚਾਰ ਉਸ ਨੂੰ ਹੋਰ ਪ੍ਰਚੰਡ ਕਰਨ ਲਈ ਨਵੀਂ ਤੋਂ ਨਵੀਂ ਯੋਜਨਾਵਾਂ ਜਿਹੜੀ ਹੈ ਉਹਨਾਂ ਤੇ ਕੰਮ ਕਰਦੀ ਰਹੇਗੀ ਕੈਮਰਾਮੈਨ ਅਸਲਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ